ਮੋਹਾਲੀ ਜ਼ਿਲ੍ਹੇ ਦੇ ਕੁਰਾਲੀ ਦੇ ਵਿੱਚ ਬੀਤੇ ਕਈ ਦਿਨਾਂ ਤੋਂ ਇੱਕ ਗੈਂਗ ਐਕਟਿਵ ਸੀਗਾ, ਇਹ ਲੇਡੀ ਗੈਂਗ 6 ਇਹਦੇ ਵਿੱਚ ਮਹਿਲਾਵਾਂ ਕਾਬੂ ਕੀਤੀ ਹੈ, ਜੋ ਕਿ ਭੀੜ ਭਾੜ ਵਾਲੀ ਥਾਂ ਤੇ ਜਾਂ ਫਿਰ ਜਿਹੜੀ ਬੱਸਿਸ ਤੇ ਚੜ ਕੇ ਲੋਕਾਂ ਦੀ ਜਿਹੜੀ ਮੁੰਦਰੀ ਹੈ ਉਹਦੀ ਚੇਨ ਜਾਂ ਫਿਰ ਜਿਹੜਾ ਕੜਾ ਹੈ ਉਹ ਬੜੇ ਹੀ ਸ਼ਾਤਿਰ ਤਰੀਕੇ ਦੇ ਨਾਲ ਖੋ ਕੇ ਉੱਥੋਂ ਫਰਾਰ ਹੋ ਜਾਂਦੀ ਸੀ ਔਰ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਸੀ। ਬਹੁਤ ਹੀ ਐਕਟਿਵ ਇਹ ਪੂਰੀ ਗੈਂਗ ਨੂੰ ਹੁਣ ਕਾਬੂ ਕੀਤਾ ਗਿਆ, ਮੋਹਾਲੀ ਦੇ ਮੁੱਲਾਪੁਰ ਦੇ ਵਿੱਚ ਇਹਨਾਂ ਨੂੰ ਕਾਬੂ ਕੀਤਾ ਗਿਆ ਤਾਂ ਔਰ ਇਹ ਗੈਂਗ ਕਾਫੀ ਦਿਨਾਂ ਤੋਂ ਐਕਟਿਵ ਚੱਲ ਰਿਹਾ ਸੀ ਕੁਰਾਲੀ ਦੇ ਵਿੱਚ ਅਤੇ ਮੁੱਲਾਪੁਰ ਦੇ ਏਰੀਆ ਦੇ ਵਿੱਚ ਕਈ ਦਿਨਾਂ ਤੋਂ ਇਹ ਪੂਰਾ ਗੈਂਗ ਐਕਟਿਵ ਸੀਗਾ। ਇਹ ਮਹਿਲਾਵਾਂ ਇਸੇ ਤਰ੍ਹਾਂ ਇਸ ਪੂਰੀ ਕਿਸ ਤਰ੍ਹਾਂ ਇਹ ਪੂਰਾ ਐਕਟਿਵ ਸੀਗਾ, ਕਿਸ ਤਰ੍ਹਾਂ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀਗੇ, ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁੱਛਗਿੱਛ ਕਰ ਰਹੀ ਹੈ। ਹਾਲਾਂਕਿ 6 ਜਿਹੜੀ ਮਹਿਲਾਵਾਂ ਹੈ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਹੁਣ ਪੁੱਛਗਿੱਛ ਕਈ ਖੁਲਾਸੇ ਹੋਏ ਨੇ ਕਿ ਕਿੰਨੇ ਦਿਨਾਂ ਤੋਂ ਇਹ ਪੂਰਾ ਇਹ ਗੈਂਗ ਓਪਰੇਟ ਕਰਦੇ ਸੀਗੇ, ਕਿਸ ਤਰ੍ਹਾਂ ਇਹ ਪੂਰਾ ਗੈਂਗ ਚਲਾ ਰਹੇ ਸੀਗੇ। ਭੀੜ ਭਾੜ ਵਾਲੀ ਜਿਹੜੀ ਬੱਸਿਸ ਹੁੰਦੀ ਹੈ ਜਾਂ ਫਿਰ ਉਸ ਤਰ੍ਹਾਂ ਇਹ ਜਾ ਕੇ ਇਹ ਪੂਰੀ ਜਿਹੜੀ ਵਾਰਦਾਤ ਨੂੰ ਅੰਜਾਮ ਦੇ ਕੇ ਲੁੱਟ ਜਿਹੜੀ ਕੋਈ ਕੜਾ ਸੋਨੇ ਦਾ ਜਾਂ ਮੁੰਦਰੀ ਜਿਹੜੀ ਹੈ ਉਹ ਕਰਕੇ ਜਿਹੜਾ ਬਜ਼ੁਰਗ ਹੈ ਉਹਨਾਂ ਤੋਂ ਖੋ ਕੇ ਉੱਥੋਂ ਫਰਾਰ ਹੋ ਜਾਂਦੀ ਸੀ ਔਰ ਇਹ ਕਾਫੀ ਦਿਨਾਂ ਤੋਂ ਗੈਂਗ ਐਕਟਿਵ ਸੀਗਾ, ਜਿਸ ਕਰਕੇ ਪੁਲਿਸ ਨੇ ਇੱਕ ਪੂਰੀ ਇਨਪੁੱਟ ਸੀ ਹਿਊਮਨ ਇੰਟੈਲੀਜੈਂਸ ਅਤੇ ਟੈਕਨੀਕਲੀ ਸਰਵੇਲੈਂਸ ਦੇ ਹਿਸਾਬ ਨਾਲ ਇਹਨਾਂ ਨੂੰ ਕਾਬੂ ਕੀਤਾ ਅਤੇ ਹੁਣ ਪੁੱਛਗਿੱਛ 'ਚ ਕਈ ਖੁਲਾਸੇ ਹੋਏ ਨੇ। ਕਈ ਦਿਨਾਂ ਤੋਂ ਇਹ ਪੂਰਾ ਗੈਂਗ ਐਕਟਿਵ ਸੀਗਾ ਔਰ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਇਹ ਕੋਈ ਯੰਗਸਟਰਸ ਯਾਨੀ ਕਿ ਯੰਗ ਏਜ ਦੀ ਨਹੀਂ ਹੈ, ਕਾਫੀ ਕਹਿ ਸਕਦੇ ਏਜ ਦੀ ਇਹ ਲੇਡੀ ਹੈ ਜਿਨ੍ਹਾਂ ਨੂੰ ਹੁਣ ਕਾਬੂ ਕੀਤਾ ਗਿਆ ਅਤੇ ਪੁੱਛਗਿੱਛ 'ਚ ਕਈ ਖੁਲਾਸੇ ਹੋ ਰਹੇ ਨੇ ਕਿ ਕਿਸ ਤਰ੍ਹਾਂ ਇਹ ਗੈਂਗ ਬਣਾ ਕੇ ਭੀੜ ਭਾੜ ਵਾਲੀ ਥਾਂ 'ਤੇ ਜਾਂ ਫਿਰ ਬੱਸ 'ਤੇ ਚੜ ਕੇ ਜਿਹੜੇ ਵੀ ਬਜ਼ੁਰਗ ਹੁੰਦਾ ਸੀ, ਖਾਸ ਤੌਰ 'ਤੇ ਜਿਹੜੇ ਬਜ਼ੁਰਗ ਹੁੰਦੇ ਸੀ ਉਹਨਾਂ ਨੇ ਜਿਹੜੀ ਸੋਨੇ ਦਾ ਗੋਲਡ ਦਾ ਜਿਹੜਾ ਕੜਾ ਪਾਇਆ ਹੋਇਆ ਹੈ, ਕਿਸੇ ਨੇ ਗੁੱਠੀ ਪਾਈ ਹੋਈ ਹੈ, ਉਹ ਕਰਕੇ ਸਾਰਾ ਉਹਨਾਂ ਨੂੰ ਲੈ ਕੇ ਕਿਸ ਤਰ੍ਹਾਂ ਇਹ ਫਰਾਰ ਹੋ ਜਾਂਦੀ ਸੀ। ਹਾਲਾਂਕਿ ਪੁਲਿਸ ਵੱਲੋਂ ਹੁਣ ਲਗਾਤਾਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ, ਹੋਰ ਕੌਣ ਕੌਣ ਗੈਂਗ ਮੈਂਬਰ ਨੇ ਇਸ ਨੂੰ ਲੈ ਕੇ ਵੀ ਹੁਣ ਪੁਲਿਸ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਨ ਲੱਗੀ ਹੋਈ ਹੈ, ਕਿਉਂਕਿ ਬੜੇ ਦਿਨਾਂ ਤੋਂ ਸ਼ਿਕਾਇਤਾਂ ਆ ਰਹੀ ਸੀ ਕੁਰਾਲੀ ਦੇ ਵਿੱਚ। ਜੇ ਅਸੀਂ ਗੱਲ ਕਰ ਲਈਏ ਮੁੱਲਾਪੁਰ ਦੀ, ਅਸੀਂ ਗੱਲ ਕਰ ਲਈਏ ਕਈ ਥਾਵਾਂ 'ਤੇ ਇਹਨਾਂ ਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀਗਾ ਅਤੇ ਹੁਣ ਫਾਈਨਲੀ ਇਹ ਪੁਲਿਸ ਦੇ ਹੱਥੇ ਚੜ ਚੁੱਕੀ ਹੈ ਔਰ ਇਹਨਾਂ ਦੀ ਜਿਹੜੀ ਏਜ ਗਰੁੱਪ ਹੈ ਹੁਣ ਤੁਸੀਂ ਦੇਖੋਗੇ ਇਹਨਾਂ ਦੀ ਜਿਹੜੀ ਏਜ ਹੈ 45 ਸਾਲ 50 ਸਾਲ ਇਸ ਤਰ੍ਹਾਂ ਦਾ ਇਹਨਾਂ ਦਾ ਏਜ ਗਰੁੱਪ ਹੈ, ਜੋ ਕਿ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ, ਹੋਰ ਵੀ ਇਹਨਾਂ ਦਾ ਨੈਕਸਸ ਹੋ ਸਕਦਾ ਜਿਸ ਨੂੰ ਲੈ ਕੇ ਪੁਲਿਸ ਹੁਣ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ 'ਚ ਕਰੀ ਹੈ। ਹਾਲਾਂਕਿ ਸੀਨੀਅਰ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਇਹਨਾਂ ਦੀ ਮੋਟਰਸ ਓਪਰੈਂਡੀ ਹੁੰਦੀ ਸੀ, ਕਿਸ ਤਰ੍ਹਾਂ ਇਹ ਕੰਮ ਕਰਦੀ ਸੀ। ਮੁੱਲਾਪੁਰ ਤੋਂ ਕੈਮਰਾਮੈਨ ਸਨਪ੍ਰੀਤ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18, ਪੰਜਾਬ।